ਪੀਟੀਆ ਰੋਡ ਜਿਹੜੀ ਹੈ ਇਹ ਅੱਜ ਕਨਵਾਸਾ ਮਰੂਮ ਮਰੂਮ ਉਹਨਾਂ ਦਾ ਨਾਮ ਹੈ। ਠੀਕ ਰਾਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਅਲਹਮਦੁਲਿਲਾ ਮੈਂ ਬਿਲਕੁਲ ਠੀਕ ਹਾਂ। ਉਮੀਦ ਹੈ ਤੁਸਾਂ ਦੋ ਹਜ਼ਾਰ ਭੈਣ ਭਰਾ ਸਾਰੇ ਠੀਕ ਹੋ ਸੋ। ਅੱਲਾ ਪਾਕ ਨੇ ਫਜ਼ਲ ਓ ਕਰਮ ਨਾਲ ਅੱਜ ਨਾ ਨਿਊ ਤਾਂ ਇੰਟਰਸਟਿੰਗ ਜਿਹਾ ਵਲਾਗ ਰਿਹਾ ਕਰਨੀਆਂ ਸ਼ੁਰੂ ਤੱਕ ਨਹੀਂ ਹੋ ਸਕਦਾ। ਸੁਬਹ ਸੁਬਹ ਉੱਠਣਾ ਪਿਆ ਅੱਜ ਤਾਂ ਮੈਂ ਨਾਲ ਆਪਣਾ ਵਲਾਗ ਵੀ ਸ਼ੁਰੂ ਕਰ ਦਿੰਦੀ ਹਾਂ। ਵਲਾਗ ਸ਼ੁਰੂ ਕਰਨੀ ਆ ਤੁਸਾਂ ਕੀ ਦੱਸਣੇ ਅੱਜ ਨਿੱਕਾ ਅਪਡੇਟ ਹੈ ਕਿਉਂਕਿ ਬਾਹਰ ਸਾਡੀ ਜਿਹੜੀ ਰੋਡ ਹੈ ਨਾ ਗਲੀ ਵੀ ਤਾਂ ਰੋਡ ਵੀ ਉਹ ਬਣਨ ਲੱਗੀ ਹੈ। ਨਾਲੋ ਨਾਲ ਵਰਕ ਕਰਾਉਣਾ ਨਾਲੋ ਨਾਲ ਜਿਹੜਾ ਆਪਣੀ ਹੈਲਪ ਹੈ ਉਹਨਾਂ ਨਾਲ ਕਰਾਉਣੀ ਹੈ, ਮਤਲਬ ਜਿਹੜੀ ਸਾਡੀ ਲੋੜ ਪੈਣੀ ਹੈ ਨਾਲੋ ਨਾਲ ਜਨਾਬ ਤੁਸਾਂ ਕੀ ਜਿਹੜੀ ਅਪਡੇਟ ਹੈ ਉਹ ਦੇਸਾਂ ਤਾਂ ਹੁਣ ਜੁੜਨੇ ਹਾਂ ਤਾਂ ਤੁਸਾਂ ਕੀ ਉਹ ਸਾਰੀ ਅਪਡੇਟ ਦੇਣੇ ਆ। ਵੈਲਕਮ ਸਲਾਮ ਆਓ ਜੀ। ਮਾਸ਼ਾਅੱਲਾ ਜੀ ਗਲੀ ਨਾ ਜੇ ਰੋਡ ਨਾਲ ਕੰਮ ਸ਼ੁਰੂ ਹੋ ਗਿਆ। ਹਾਂਜੀ ਆ ਚੁੱਕਿਆ ਹਾਲ ਹੈ ਠੀਕ ਹੋ ਸਿਸ਼ ਠੀਕ ਹੈ ਜੀ ਅਲਹਮਦ। ਮਾਸ਼ਾਅੱਲਾ ਜੀ ਪਹਿਲਾਂ ਸਫਾਈ ਹੋ ਸੀ ਅਤੇ ਫਿਰ ਉੱਪਰ ਜਿਹੜਾ ਨਾ ਸੀਮਟ ਜਿਹੜਾ ਸੜਕ ਵਾਲਾ ਬਣਾ ਨੇ ਉਹ ਬਸ ਮਾਸ਼ਾਅੱਲਾ। ਜੀ ਜੀ ਇਹ ਮੱਕਬ ਕੀਤੀ ਆ ਰੋਡ ਜਿਹੜੀ ਹੈ ਇਹ ਅੱਜ ਕਨਵਾਸਾ ਮਰੂਮ ਮਰੂਮ ਉਹਨਾਂ ਦਾ ਨਾਮ ਹੈ। ਠੀਕ ਮਾਸ਼ਾਅੱਲਾ ਦਾ ਮੱਕਬ ਕੀਤੀ ਆ ਜਿਸਲੇ ਇਹ ਫੋਤ ਹੋਏ ਸਨ ਜੀ ਜੀ ਇੱਥੇ ਬੜੀ ਪ੍ਰੋਬਲਮ ਸੀ ਉਸ ਵਕਤ। ਆਈ ਗੱਲ ਹੈ ਬਾਰਿਸ਼ ਹੋਈ ਸੀ ਤਾਂ ਉਸ ਵਜ੍ਹਾ ਨਾਲ ਸ਼ੁਰੂ ਕਰੇ। ਆਮੀਨ ਆਮੀਨ ਇਹ ਜਨਾਬ ਇਨਸ਼ਾਅੱਲਾ ਉਹਨਾਂ ਨੇ ਨਾਮ ਤੇ ਰੋਡ ਜਿਹੜੀ ਹੈ ਤੇ ਉਹਨਾਂ ਨੇ ਘਰ ਤੱਕ ਜਿਹੜੀ ਇਨਸ਼ਾਅੱਲਾ ਇਨਸ਼ਾਅੱਲਾ ਜੀ ਕੰਮ ਜਾਰੀ ਹੈ। ਸ਼ੁਕਰੀਆ ਅਦਾ ਕਰਨੇ ਹਾਂ ਅਸਾਂ ਨਾਲ ਸੰਘ ਮੁੜਾ ਜਲਦਾਰਾਂ ਬਾਈ ਗ੍ਰਾਂ ਹੈ ਅਸਾਂ ਭੈਣਾਂ ਭਰਾਵਾਂ ਵਾਸਤੇ ਬਾਈਆਂ ਵਾਸਤੇ ਬਜ਼ੁਰਗਾਂ ਵਾਸਤੇ ਰੋਡ ਪ੍ਰੋਬਲਮ ਸੀ ਲਿਹਾਜ਼ਾ ਅੱਜ ਇੱਕ ਨਾਬਾਦ ਸਾਹਿਬ ਨੇ ਅੱਲਾਹ ਤਾਲਾ ਉਹਨੂੰ ਜੰਨਤ ਸੀਪ ਕਰਨ ਉਹਨਾਂ ਦੀ ਪਹੁੰਚ ਕੀਤਾ। ਅਸਾਂ ਲੋਕਾਂ ਦੀ ਬਹੁਤ ਦੁਸ਼ਵਾਰੀ ਹੋਈ ਹੈ ਔਰ ਸ਼ਰਮਿੰਦਗੀ ਵੀ ਹੋਈ ਹੈ ਲੋਕਾਂ ਦੇ ਸਾਹਮਣੇ ਅਤੇ ਜਨਾਬ ਅਸਾਂ ਰਿਕੁਐਸਟ ਕੀਤੀ ਸੀ ਜੋ ਯਸ਼ਰ ਸਾਹਿਬ ਕਿਹਾ ਕਿ ਅਸਾਂ ਕੀ ਜਨਾਬ ਦੇ ਰੋਡ ਦਿੱਤੀ ਜਾਏ ਇਹ ਰੋਡ ਜਨਾਬ ਤੂੰ ਚੌਧਰੀ ਅੱਗ ਜੀ ਅਕਨਵਾਜ਼ ਮਰਹੂਮ ਨੇ ਨਾਂ ਦਾ ਅਸਾਂ ਜਨਾਬ ਇਸ ਸੰਗੇ ਬੁਨਿਆਦ ਰੱਖਣੇ ਹਾਂ ਅਤੇ ਅੱਲਾਹ ਔਰ ਅੱਲਾਹ ਨੇ ਰਸੂਲ ਨੇ ਹੁਕਮ ਨਾਲ ਅਤੇ ਇਹ ਜਨਾਬ ਅਸਾਂ ਨਾਲ ਬਾਈ ਗ੍ਰਾਂ ਹੈ ਕਿ ਅਸਾਂ ਨੇ ਬਜ਼ੁਰਗ ਭੈਣਾਂ ਭਾਈ ਨਾਲ ਅਸਾਂ ਦੀ ਬਰਾਦਰੀ ਹੈ ਕਿ ਉਹਨਾਂ ਵਾਸਤੇ ਰਸਤਾ ਵਕਫ ਜਿਹਨਾਂ ਜਿਹਨਾਂ ਕੀਤਾ ਉਹਨਾਂ ਦੀ ਅੱਲਾਹ ਤਾਲਾ ਇਸ ਨਾਲ ਅਜਰ ਦੇਣ ਉਹਨਾਂ ਨੇ ਇਸ ਵਿੱਚ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੀ ਵੀ ਅੱਲਾਹ ਅਜਰ ਦੇਣ ਅਤੇ ਜਿਹਨਾਂ ਇਸਨੀ ਮਨਜ਼ੂਰੀ ਕਰਾਈ ਹੈ ਅੱਲਾਹ ਤਾਲਾ ਉਹਨਾਂ ਦੀ ਵੀ ਇਸ ਨਾਲ ਅਜਰ ਦੇਣ। ਲਿਹਾਜ਼ਾ ਸਾਰਿਆਂ ਅੱਗੇ ਰਿਕੁਐਸਟ ਹੈ ਕਿ ਜਿੰਨੇ ਵੀ ਰਸਤੇ ਵਸੀ ਉਸਣ ਲੋਕ ਖੁਸ਼ਹਾਲ ਹੋ ਸਨ ਆਸਾਨੀਆਂ ਹੋ ਸਨ ਆਮਦੋ ਰਫਤ ਵਾਸਤੇ ਲੋਕਾਂ ਵਾਸਤੇ ਪ੍ਰੋਬਲਮ ਖਤਮ ਹੋ ਜਾ ਸੀ ਅੱਜ ਇਹ ਰੋਡ ਬਣ ਗਿਆ ਸੀ ਅਸਾਂ ਸਾਰਿਆਂ ਲੋਕਾਂ ਦੀ ਸਹੂਲਤ ਹੈ। ਲਿਹਾਜ਼ਾ ਮੇਰੀ ਸਭ ਭੈਣਾਂ ਭਰਾਵਾਂ ਅੱਗੇ ਰਿਕੁਐਸਟ ਹੈ ਰਸਤਿਆਂ ਵਿੱਚ ਕੋਸ਼ਿਸ਼ ਕਰੋ ਕਿ ਰਸਤੇ ਵਸੀ ਹੋਣ ਤਾਂ ਕਿ ਕਿਸੇ ਕਿਸੇ ਗਾਰੀ ਨਾ ਹੋਵੇ ਜਿੱਧਰੋਂ ਵੀ ਕੋਈ ਆਵਾ ਜਾ ਆਸਾਨੀਆਂ ਪੈਦਾ ਹੋਣ ਅੱਲਾਹ ਤਾਲਾ
ਅਸਾਂ ਸਾਰਿਆਂ ਕੀ ਆਪਣੇ ਸਮਾਜ 'ਚ ਰੱਖਣ ਔਰ ਜਨਾਬ ਅਸਾਂ ਇਹ ਸਾਰਿਆਂ ਦਾ ਰਿਕੁਐਸਟ ਹੈ ਜਨਾਬ ਅਸਾਂ ਇੱਜ਼ਤ ਬਣ ਰਹੀ ਹੈ ਅਸਾਂ ਲੋਕਾਂ ਵਾਸਤੇ ਇਹ ਆਸਾਨੀਆਂ ਹੋਈਆਂ ਨੇਗੀਆਂ ਅੱਲਾਹ ਤਾਲਾ ਸਾਰਿਆਂ ਨਾਲ ਅਮੀ ਉਹ ਨਾਸਰਨ ਖੈਰ ਫਰਮਾਨ ਜੀ ਠੀਕ ਹੋ ਗਿਆ ਹਾਂਜੀ ਮਾਸ਼ਾਅੱਲਾ ਤਾਂ ਕੋਰਾ ਵਰਕ ਜਾਰੀ ਹੈ ਅਸਾਂ ਜਨਾਬ ਮੋਟਰਸਾਈਕਲ ਚੱਕਰ ਬੰਦ ਰਾਹ ਬੰਦ ਪੱਕਾ ਮਾਸ਼ਾਅੱਲਾ ਜੀ ਬਹੁਤ ਅੱਛਾ ਕੰਮ ਕਰ ਰਹੇ ਨਾਲ ਠੇਕੇਦਾਰ ਹੀ ਜਨਾਬ ਨਿਗਰਾਨੀ ਦੇਣ ਤਾਂ ਜਿਹੜੀ ਕੋਈ ਕੂਨ ਕਸਰ ਹੋਇਆ ਜਿੱਥੇ ਦੱਸੋ ਗ੍ਰਾਂ ਦਾ ਬੰਦਾ ਜਿਹੜਾ ਆ ਕੇ ਦੱਸਿਆ ਉਹ ਜਨਾਬ ਕੂਨ ਕਸਰ ਹੀ ਕਰਨੇ ਬਾਕੀ ਨਿਗਰਾਨੀ 'ਚ ਸਾਰਿਆਂ ਦਾ ਕੰਮ ਸਨੀ ਭਾਈ ਲੱਗੇ ਨੇ ਪਾਣੀ ਲਾਉਣ ਤੂੰ ਕਹਿੰਦਾ ਕੱਲ੍ਹ ਬਣਾਈ ਸੀ ਨੇ ਤਾਂ ਅੱਜ ਪੱਕ ਗਈ ਹੈ ਲੇਕਿਨ ਹਲੇ ਵੀ ਮੋਟਰਸਾਈਕਲ ਸਾਈਕਲਾਂ ਵਾਸਤੇ ਜਾਂ ਡੱਬਲ ਸਵਾਰੀ ਵਾਸਤੇ ਹਲੇ ਰਾਹ ਬੰਦ ਹੈ ਕੀਆਂ ਕਿ ਪੱਕੀ ਹੋ ਜਾ ਤਾਂ ਫਿਰ ਹੀ ਰਾਹ ਖੁੱਲ੍ਹ ਸੀ ਆਹੀ ਗੱਲ ਹੈ ਸਨੀ ਭਾਈ ਹਾਂ ਗ੍ਰਾਂ ਦਾ ਕੰਮ ਹੈ ਤਾਂ ਤਾਵਲੀ ਸ਼ਾਵਲੀ ਨਹੀਂ ਕਰਨੀ ਮਾਸ਼ਾਅੱਲਾ ਸੋਹਣੀ ਬਣ ਗਈ ਆ ਜੀ ਜਿੱਥੋਂ ਕੋਈ
ਰੋਕ ਟੋਕ ਹੈ। ਅਸੀਂ ਸੰਨੀ ਭਾਈ ਨੇ ਦੱਸਿਆ ਜੀ ਇੱਥੇ ਮਾਲ ਘੱਟ ਹੈ, ਇੱਥੇ ਜ਼ਿਆਦਾ, ਉੱਥੋਂ ਜਨਾਬ ਉਸੇ ਤਰ੍ਹਾਂ ਕਰਨੇ ਰੇਟ ਲੱਗੇ। ਮਾਸ਼ਾਅੱਲਾ ਹੁਣ ਇਸ ਸਾਈਡ ਨੂੰ ਜਨਾਬ ਰੋਡ ਸ਼ੁਰੂ ਕੀਤੀ ਨੇ ਅਤੇ ਇਹ ਗ੍ਰਾਂ ਵਾਲੀ ਸਾਈਡ ਜਾ ਸਨ, ਬਾਕੀ ਕੱਲ੍ਹ ਜਿਹੜੀ ਹੈ ਕੋਠੀ ਨੇ ਅੱਗੇ ਅਤੇ ਬਾਕੀ ਇਹ ਮੋਟਰਸਾਈਕਲਾਂ ਤੱਕ ਪੈਸੀ ਸੀਮਟ ਵਾਲੀ, ਉਸ ਤੋਂ ਅੱਗੇ ਜਿਹੜੀ ਲੋਕ ਵਾਲੀ ਸੜਕ ਹੈ ਜੀ, ਅਤੇ ਬਾਕੀ ਇਹ ਮੈਨ ਹੋਲ ਜਿਹੜੇ ਨੇ ਉਹ ਉੱਪਰ ਕਰ ਛੋੜੇ ਨੇ ਸਾਰੇ, ਤਾਂ ਕਿ ਬਾਅਦ ਵਿੱਚ ਅਗਰ ਕੋਈ ਸੀਵਰੀ ਲੈਣ ਬੰਦ ਹੋਣੀ ਹੈ ਤਾਂ ਉਹ ਈਜ਼ੀਲੀ ਬੰਦਾ ਖੋਲ ਲਵੇ। ਇਹ ਜਨਾਬ ਕੰਮ ਹੋ ਰਿਹਾ ਜਨਾਬ, ਮਾਸ਼ਾਅੱਲਾ ਜੀ ਕੰਮ ਜਾਰੀ ਹੈ, ਤੱਕੋ ਨਾ ਛਿੱਕੇ ਆਣਗੇ, ਛਿੱਕੋ ਛਿੱਕ ਰੱਖੇ ਆ ਨਾ ਜਨਾਬ ਕੰਮ। ਉਹ ਗਲੀ ਵੀ ਐਂਡ ਲਾ ਗਈ ਨੇ, ਇਹ ਜੋੜ ਜਿਸ ਵੇਲੇ ਇਹ ਰੋਡ ਹੈ ਜਾਂ ਇੱਧਰੋਂ ਜਾ ਸੀ ਤਾਂ ਫਿਰ ਜੋੜ ਵੱਜਿਆਗਾ। ਅੱਜ ਆਪਣਾ ਇਸ ਨਾਲ ਜਨਾਬ ਇਸ ਨਾਲ ਇੱਕ ਫੇਰਾ ਹੋਣਾ ਤਾਂ ਰੇਹੜੀਆਂ ਨੇ ਪੰਜ ਸੱਤ ਫੇਰੇ ਹੋਣ ਤਾਂ ਫਿਰ ਇੱਕ ਬਰਾਬਰ ਹੋਣਾ, ਇਸ ਗੱਲੇ ਜਨਾਬ ਦਿਮਾਗ ਲੜਾਇਆ ਗਿਆ ਪਰ ਤੱਕੋ ਨਾ ਕੰਮ। ਹਾਂਜੀ ਮਾਸ਼ਾਅੱਲਾ ਤੱਕੋ, ਹਾਂ ਰੋਡ ਜਿਹੜੀ ਬਣ ਗਈ ਹੈ ਸਾਨੀ, ਮਾਸ਼ਾਅੱਲਾ ਮਾਸ਼ਾਅੱਲਾ। ਆ ਤੱਕੋ ਜੀ ਬਾਕੀ ਅੱਗੇ ਜਿਹੜੀ ਬਣਸੀ ਉਹ ਫਿਰ ਤੁਸਾਂ ਜੀ ਦੱਸਾਂਗੇ, ਫਿਲਹਾਲ ਤੱਕੋ ਹਾਂ ਇੱਥੇ ਬਣੀ ਵੱਧੀ ਹੈ, ਇੱਥੇ ਪਾਣੀ ਲਾਉਣਾ ਇਨਸ਼ਾਅੱਲਾ ਤਾਂ ਇਸ ਤਰ੍ਹਾਂ ਹੀ ਆ ਦੋ ਤਰ੍ਹਾਂ ਲਾਉਣੀਆਂ, ਤਾਂ ਬਾਕੀ ਇਹ ਜਨਾਬ ਬਣ ਗਈ ਹੈ ਜਿਹੜੀ ਰੋਡ ਬਣਨੀ ਸੀ, ਮਾਸ਼ਾਅੱਲਾ ਤੱਕੋ ਨਾ ਜਿਹੜੀ ਸੜਕ ਰਹਿਣੀ ਸੀ ਉਹ ਵੀ ਕੰਪਲੀਟ ਹੋ ਗਈ ਹੈ, ਤੋੜ ਤਾਇਆ ਬੁਰਾ ਨੇ ਘਰ ਤੱਕ। ਆ ਜਨਾਬ ਸੜਕ ਤੱਕੋ ਨਾ ਮਾਸ਼ਾਅੱਲਾ ਬਹੁਤ ਅੱਛੀ ਹੋ ਗਈ ਆ, ਮੋਟਰਸਾਈਕਲ ਸਾਈਕਲ ਚੱਲ ਪਏ ਨੇ, ਲੇਕਿਨ ਹਲੇ ਵੀ ਇਤਿਹਾਸ ਹੈ ਜਿਹੜੀ ਉਹ ਜ਼ਰੂਰੀ ਹੈ, ਤਾਂ ਬਾਕੀ ਜਿਹੜੇ ਤਾਇਆ ਬੁਰਾ ਨੇ ਨਾਂ ਨਹੀਂ ਸੜਕ ਸੀ ਜਿਹੜੀ ਤੁਸੀਂ ਦੱਸਿਆ ਸਟਾਰਟ 'ਚ, ਚਾਹੇ ਸ਼ਕੂਰਾ ਵੀ ਦੱਸਿਆ, ਉਹ ਮਾਸ਼ਾਅੱਲਾ ਕੰਪਲੀਟ ਹੋ ਗਈ ਹੈ ਤਾਇਆ ਬੁਰਾ ਨੇ ਘਰ ਤੱਕ। ਤਾਂ ਉਮੀਦ ਹੈ ਕਿ ਇਸ ਤੋਂ ਜਨਾਬ ਗ੍ਰਾਂ ਦੇ ਬੰਦੇ ਵੀ ਫਾਇਦਾ ਚੁੱਕ ਸਨ ਅਤੇ ਹੋਰ ਜਿਹੜੇ ਬੰਦੇ ਨੇ ਉਹ ਵੀ ਫਾਇਦਾ ਚੁੱਕ ਸਨ, ਤਾਂ ਉਮੀਦ ਹੈ ਇਸ ਨਾਲ ਖਿਆਲ ਵੀ ਰੱਖ ਸਨ, ਤਾਂ ਜਨਾਬ ਬਹੁਤ ਅੱਛੀ ਮਾਸ਼ਾਅੱਲਾ ਸੜਕ ਬਣੀ ਹੈ। ਹਾਂਜੀ ਜਨਾਬ ਐਨ ਭਾਈ ਅਸਾਂ ਨਾਲ ਹਾਨਰੀ ਠੇਕੇਦਾਰ ਸਾਹਿਬ ਜਿਹੜੇ ਇਸ ਰੋਡ ਨੇ ਜਿਹੜੇ ਜਨਾਬ ਇੱਥੇ ਵਰਕ ਕਰ ਰਹੇ ਨੇ। ਹਾਂਜੀ ਕੀ ਹਾਲ ਹੈ ਜੀ? ਸ਼ੁਕਰ ਹੈ ਸੁਣਾਓ ਸਿਹਤ ਬਿਹਤਰੀ ਅਲਹਮਦੁਲਿਲਾ। ਤਾਂ ਬਾਕੀ ਜਨਾਬ ਜਿਹੜੀ ਰੋਡ ਹੈ ਨਾ ਉਹ ਜਨਾਬ ਸਾਹਮਣੇ ਗੇਟ ਤੱਕ ਇੱਥੇ ਤੱਕ ਜਾ ਸੀ ਸੀਮਟ ਵਾਲੀ, ਤਾਂ ਉਸ ਤੋਂ ਅੱਗੇ ਜਿਹੜੀ ਉਹ ਲੁੱਕ ਵਾਲੀ, ਤਾਂ ਲੁੱਕ ਵਾਲੀ ਜ਼ਾਹਿਰ ਗੱਲ ਹੈ ਟਾਈਮ 'ਚ ਆਈ ਨਾ, ਤਾਂ ਇਸ ਵਜ੍ਹਾ ਤੋਂ ਉਹ ਫਿਰ ਥੋੜ੍ਹਾ ਆਰਾਮ ਨਾਲ ਰੂਲਾ ਸ਼ੂਲਾ ਫੇਰ ਸਨ, ਹਾਕਾ ਸ਼ਾਕਾ ਬਾਅਦ ਸਨ। ਜਿਹੜੀ ਮਜ਼ੀਦ ਅਪਡੇਟ ਹੈ ਉਹ ਆਉਂਦਾ ਵੀਡੀਓ ਤੁਸੀਂ ਦੱਸਾਂ, ਤਾਂ ਅੱਜ ਦੀ ਵੀਡੀਓ ਇੱਥੇ ਤੱਕ ਵੀਡੀਓ ਇੱਕ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰੇ, ਤਾਂ ਹੱਸਣੇ ਵਸਣੇ ਰਹੋ, ਅੱਲਾ ਸੋਹਣੇ ਨਿਵਾਲਾ ਅੱਲਾ।